ਤਾਖਤ ਬੈਠਾ ਅਰਜਨ ਗੁਰੂ ਸਤ ਗੁਰ ਕਾ ਖਿਵੈ ਚੰਦੋਵਾ ਅੱਜ 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਗੁਰਤਾ ਗੱਦੀ ਪੁਰਬ ਹੈ ਅੱਜ ਦੇ ਦਿਨ ਸਤ ਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸਨ 1500 ਅਕਿਆਸੀ ਦੇ ਵਿੱਚ ਅੱਜ ਦੇ ਦਿਨ ਗੁਰਗੱਦੀ ਬਖਸ਼ੀ ਹੈ ਗੁਰਗੱਦੀ ਬਖਸ਼ੀ ਗੁਰਗੱਦੀ ਦੀ ਰਸਮ ਬਾਬਾ ਬੁੱਢਾ ਸਾਹਿਬ ਜੀ ਨੇ ਨਿਭਾਈ ਆਪ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਿੰਘਾਸਨ ਦੇ ਉੱਤੇ ਬੈਠੇ ਹੋਏ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਮੱਥਾ ਟੇਕਿਆ ਪ੍ਰਕਰਮਾ ਕੀਤੀ ਤੇ ਸਾਰੀ ਸੰਗਤ ਨੂੰ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹੁਣ ਇੱਥੇ ਆਪਾਂ ਗੱਲ ਚੱਲ ਰਹੀ ਸੀ ਮਾਇਆ ਦੀ ਮਾਇਆ ਪ੍ਰਭਾਵ ਪਾਉਂਦੀ ਹੈ ਜਿਹੜਾ ਮਾਇਆ ਦੇ ਪ੍ਰਭਾਵ ਅਧੀਨ ਹੈ ਕੋਈ ਉਹ ਗੁਰੂ ਬਣ ਕੇ ਬਹਿ ਜਾਵੇ ਉਹ ਸਾਡੇ ਅੰਦਰੋਂ ਮਾਇਆ ਦਾ ਪ੍ਰਭਾਵ ਕਿਵੇਂ ਦੂਰ ਕਰੇ ਆਪਾਂ ਸਭ ਜਾਣਦੇ ਹਾਂ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਿੰਨ ਭਰਾ ਸਨ ਬਾਬਾ ਮਹਾਦੇਵ ਜੀ ਬਾਬਾ ਪ੍ਰਿਥੀਚੰਦ ਜੀ ਤੇ ਸਭ ਤੋਂ ਛੋਟੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਬੇਨਤੀ ਮੈਂ ਹੋਰ ਕਰ ਦਵਾ ਪਹਿਲਾਂ ਵੇਖੋ ਜਿਹੜੀ ਗੁਰਿਆਈ ਆ ਨਾ ਇਹ ਇਲਾਹੀ ਦਾਤ ਹੈ ਰੱਬੀ ਦਾਤ ਹੈ ਇਹ ਧੁਰ ਦਰਗਾਹੋਂ ਆ ਦੁਨੀਆਂ ਦਾ ਕੋਈ ਵੀ ਪੈਮਾਨਾ ਜਿਹੜਾ ਉਹ ਗੁਰਗੱਦੀ ਦਾ ਆਧਾਰ ਨਹੀਂ ਹੈ ਗੁਰਗੱਦੀ ਦਾ ਆਧਾਰ ਧੁਰ ਦਰਗਾਹੀ ਪ੍ਰਮਾਤਮਾ ਦੀ ਬਖਸ਼ਿਸ਼ ਰਹਿਮਤ ਹੈ। ਔਰ ਜਿਹੜੀ ਗੁਰਤਾ ਗੱਦੀ ਹੈ ਇਹ ਕੋਈ ਪਰਿਵਾਰਕ ਹੱਕ ਵੀ ਨਹੀਂ ਹੈ। ਕਿਉਂਕਿ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਫੈਸਲਾ ਕੀਤਾ ਧੁਰ ਦਰਗਾਹੀ ਫੈਸਲਾ ਸੀ ਵੀ ਗੁਰਤਾ ਗੱਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਦੇਣੀ ਹੈ। ਤਾਂ ਪ੍ਰਿਥੀ ਚੰਦ ਜਿਹੜਾ ਸੀ ਉਹ ਨਾਰਾਜ਼ ਹੋ ਗਿਆ ਸੀ ਉਹਨੇ ਝਗੜਾ ਵੀ ਕੀਤਾ ਸੀ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਆਪਣੀ ਅੰਮ੍ਰਿਤਮਈ ਬਾਣੀ ਦੇ ਵਿੱਚ ਆਖਿਆ ਕਾਹੇ ਪੂਤ ਝਗਰਤ ਹੋਂ ਸੰਗ ਬਾਪ ਜਿਨ ਕੇ ਜਣੇ ਬੜੀਰੇ ਤੁਮ ਹੋਂ ਤਿੰਸਿਓ ਝਗਰਤ ਪਾਪ ਪੁੱਤਰੋ ਤੁਸੀਂ ਮਾਂ ਬਾਪ ਦੇ ਨਾਲ ਕਾਹ ਤੋਂ ਝਗੜਾ ਕਰਦੇ ਹੋ ਜਿਨ੍ਹਾਂ ਨੇ ਤੁਹਾਨੂੰ ਪੈਦਾ ਕੀਤਾ ਪਾਲਿਆ ਵੱਡੇ ਕੀਤਾ ਉਹਨਾਂ ਦੇ ਨਾਲ ਝਗੜਾ ਕਰਨਾ ਪਾਪ ਹੈ ਪਰ ਜਦੋਂ ਕੋਈ ਨਿਰਮਾਇਆ ਦੇ ਪ੍ਰਭਾਵੇ ਹੇਠ ਆ ਜਾਵੇ ਉਹ ਮਾਪੇ ਦੇ ਨਾਲ ਝਗੜਾ ਕਰਦਾ ਹੈ ਮਾਫ ਕਰਿਓ ਸਾਡੇ ਕੋਲ ਗੁਰੂ ਪਾਤਸ਼ਾਹ ਦੇ ਇਹ ਪਾਵਨ ਬਚਨ ਹੋਣ ਗੁਰੂ ਰਾਮਦਾਸ ਜੀ ਦੇ ਅੱਜ ਸਾਡੇ ਪੰਜਾਬ ਦੇ ਵਿੱਚ ਅਨੇਕਾਂ ਬਿਰਧ ਘਰ ਖੁੱਲੇ ਹੋਣ ਉਹਨਾਂ ਬਿਰਧ ਘਰਾਂ ਦੇ ਵਿੱਚ ਇਕੱਲੇ ਬਜ਼ੁਰਗ ਬੈਠੇ ਹੋਣ ਜਿਹੜੇ ਬਜ਼ੁਰਗਾ ਨੇ ਧੀਆ ਪੁੱਤਾਂ ਨੂੰ ਪਹਿਲਾ ਜਨਮਿਆਂ ਪਾਲਿਆ ਵੱਡੇ ਕੀਤਾ ਬਚਪਨ ਨੂੰ ਸੰਭਾਲਣਾ ਕੋਈ ਸੌਖਾ ਪਿਆ ਹੈ ਪਰ ਆਪਾਂ ਸਭ ਜਾਣਦੇ ਹਾਂ ਕਿ ਕਿਤਨੇ ਬਿਰਧ ਘਰ ਸਾਡੇ ਆਪਣੇ ਗੁਰੂਆਂ ਦੀ ਧਰਤੀ ਪੰਜਾਬ ਦੇ ਵਿੱਚ ਨੇ ਕੀ ਉਹਨਾਂ ਬਜ਼ੁਰਗਾਂ ਦੇ ਧੀਆਂ ਪੁੱਤ ਹੈ ਨਹੀਂ ਬਹੁਤਿਆਂ ਦੇ ਤੇ ਹੈਗੇ ਨੇ ਪਰ ਲੋਕਾਂ ਦੇ ਅੰਦਰੋਂ ਇਹ ਗੱਲ ਨਿਕਲ ਗਈ ਕਿ ਪਰਮਾਤਮਾ ਤੇ ਗੁਰੂ ਤੋਂ ਬਾਅਦ ਸਾਡੇ ਸ਼ਹੀਦਾਂ ਤੋਂ ਬਾਅਦ ਮਾਂ ਪਿਓ ਦਾ ਵੀ ਇੱਕ ਵੱਡਾ ਦਰਜਾ ਹੈ ਇਸ ਪਾਸੇ ਸਾਨੂੰ ਧਿਆਨ ਦੇਣਾ ਚਾਹੀਦਾ ਜਦੋਂ ਕੋਈ ਚਲਾ ਜਾਵੇ ਉਹਦੇ ਤੋਂ ਬਾਅਦ ਉਹਨਾਂ ਦੇ ਨਮਿਤ ਲੋਕ ਸ਼ਰਾਦ ਕਰਾਉਣ ਕਿਸੇ ਨੂੰ ਖਵਾਉਣ ਪਿਉਣ ਗੁਰੂ ਨੇ ਆਖਿਆ ਓਏ ਭਲਿਓ ਉਹਦੇ ਨਾਲੋਂ ਤੁਸੀਂ ਜਿਉਂਦਿਆਂ ਦੀ ਸੇਵਾ ਕਰਿਆ ਕਰੋ ਉਹਦਾ ਪੁੰਨ ਜ਼ਿਆਦਾ ਹੈਗਾ ਖੈਰ ਬਾਬਾ ਪ੍ਰੀਤ ਚੰਦ ਜੀ ਨੇ ਝਗੜਾ ਕੀਤਾ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਮਝਾਇਆ ਪੁੱਤ ਇਹ ਗੁਰਤਾ ਗੱਦੀ ਕੋਈ ਦੁਨਿਆਵੀ ਹੱਕ ਨਹੀਂ ਇਹ ਤਾਂ ਤੁਰ ਦਰਗਾਹੀ ਬਖਸ਼ਿਸ਼ ਹੈ ਪਰ ਪ੍ਰਿਥੀ ਚੰਦ ਨਹੀਂ ਸਮਝਦਾ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਗੁਰਤਾ ਗੱਦੀ ਦੇ ਕੇ ਜੋਤੀ ਜੋਤ ਸਮਾਗ ਹੈ ਉਹਦੇ ਤੋਂ ਬਾਅਦ ਦਸਤਾਰ ਦੀ ਰਸਮ ਹੋਣੀ ਸੀ ਬਾਬਾ ਬੁੱਢਾ ਸਾਹਿਬ ਬਾਬਾ ਮੋਹਨ ਜੀ ਬਾਬਾ ਮੋਰੀ ਜੀ ਹੋਰ ਜਿੰਨੇ ਵੀ ਸੂਝਵਾਨ ਸਿੱਖ ਸਾਨ ਭਾਈ ਗੁਰਦਾਸ ਜੀ ਉਹਨਾਂ ਨੇ ਜਿਹੜੀ ਪਰਿਵਾਰ ਦੀ ਪੱਗ ਸੀ ਪਰਿਵਾਰ ਦੀ ਦਸਤਾਰ ਸੀ ਉਹ ਬਾਬਾ ਸ਼੍ਰੀ ਚਾ ਇਹ ਬਾਬਾ ਪ੍ਰਿਥੀ ਚੰਦ ਜੀ ਨੂੰ ਸਜਾ ਦਿੱਤੀ ਬਾਬਾ ਪ੍ਰਿਥੀ ਚੰਦ ਜੀ ਪਰ ਜਿਹੜੀ ਗੁਰਿਆਈ ਦੀ ਦਸਤਾਰ ਸੀ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸਜਾਈ ਗਈ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਇਹ ਰਸਮ ਹੁੰਦੀ ਹੈ ਦਸਤਾਰ ਦੀ ਪ੍ਰਿਥੀ ਚੰਦ ਜਿਹੜਾ ਸੀ ਇੱਥੇ ਬਾਸ ਨਹੀਂ ਹੋਇਆ ਵੇਖੋ ਭਾਈ ਗੁਰਦਾਸ ਜੀ ਨੇ ਪ੍ਰਿਥੀ ਚੰਦ ਨੂੰ ਮੀਣਾ ਲਿਖਿਆ ਮੀਣਾ ਮੀਣਾ ਕੌਣ ਹੈ ਜਿਹੜਾ ਗੁਰੂ ਘਰ ਦੇ ਨੁਕਸਾਨ ਕਰਨ ਦੀ ਗੱਲ ਸੋਚਦਾ ਉਹਨੇ ਕਿਵੇਂ ਨੁਕਸਾਨ ਕੀਤਾ ਵੇਖੋ ਅੱਜ ਵੀ بڑے ਮੀਨੇ ਹੋਣਗੇ ਉਦੋਂ ਦੇ ਮੀਣਿਆਂ ਦੀ ਗੱਲ ਤੇ ਆਪਾਂ ਕਰਦੇ ਆਂ ਅੱਜ ਦੇ ਮੀਣਿਆਂ ਦੀ ਵੀ ਗੱਲ ਕਰਨੀ ਪਵੇਗੀ ਅੱਜ ਵੀ بڑے ਮੀਨੇ ਹੋਣਗੇ ਜਿਹੜੇ ਗੁਰੂ ਘਰ ਦਾ ਨੁਕਸਾਨ ਕਰਨਾ ਚਾਹੁੰਦੇ ਜਿਹੜੇ ਸੰਗਤਾਂ ਨੂੰ ਕਹਿਣਗੇ ਜੀ ਗੁਰਦੁਆਰੇ ਜਾਣ ਦੀ ਲੋੜ ਨਹੀਂ ਜਿਹੜੇ ਸੰਗਤਾਂ ਦਾ ਹੱਕ ਹੈ ਕਿ ਸੰਗਤਾਂ ਚੁਣਨਗੀਆਂ ਕਿ ਗੁਰਦੁਆਰੇ ਦਾ ਪ੍ਰਬੰਧ ਕਿੰਨੇ ਕਰਨਾ ਕੋਈ ਸਰਕਾਰਾਂ ਨਹੀਂ ਚੁਣਨਗੀਆਂ ਤੇ ਜਿੱਥੇ ਕੋਈ ਇਹ ਭਾਵਨਾ ਹੈ ਕਿ ਸਰਕਾਰਾਂ ਗੁਰਦੁਆਰਿਆਂ ਦੇ ਪ੍ਰਬੰਧਕ ਚੁਣਨਗੀਆਂ ਉਹ ਮੀਨੇ ਨੇ ਅੱਜ ਵੀ ਬੜੇ ਮੀਨੇ ਨੇ ਤਾਂ ਇਹਨੇ ਕੀ ਕੀਤਾ ਸਤਿਗੁਰੂ ਜੀ ਇੱਥੇ ਅੰਮ੍ਰਿਤਸਰ ਸਾਹਿਬ ਆ ਗਏ ਅੰਮ੍ਰਿਤਸਰ ਸਾਹਿਬ ਜਦੋਂ ਸੱਚੇ ਪਾਤਸ਼ਾਹ ਜੀ ਆਏ ਪ੍ਰਿਥੀ ਚੰਦ ਨੇ ਅੰਮ੍ਰਿਤਸਰ ਸਾਹਿਬ ਦੇ ਆਲੇ-ਦੁਆਲੇ ਨਾਕੇਬੰਦੀ ਕਰਵਾ ਦਿੱਤੀ ਜਿਹੜੀ ਵੀ ਕਾਰ ਭੇਟਾ ਸੰਗਤ ਲੈ ਕੇ ਆਉਂਦੀ ਸੀ ਪ੍ਰਿਥੀ ਚੰਦ ਜਿਹੜਾ ਨਾ ਉਹ ਰਸਤੇ ਦੇ ਵਿੱਚ ਹੀ ਲੈ ਲੈਂਦਾ ਲੰਗਰ ਛਕਣ ਦੇ ਲਈ ਗੁਰੂਵਾਲ ਭੇਜ ਦਿੰਦਾ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਇਆ ਦੇ ਪ੍ਰਭਾਵ ਤੋਂ ਪਰੇ ਉਹਨਾਂ ਨੇ ਕਦੀ ਨਹੀਂ ਆਖਿਆ ਕਿ ਪ੍ਰਿਥੀ ਚੰਦ ਭਰਾਵਾ ਤੂੰ ਇੰਝ ਨਾ ਕਰ। ਉਹਨਾਂ ਨੇ ਆਖਿਆ ਦੀ ਇਹ ਰੱਬ ਦੀ ਰਜ਼ਾ ਹੈ। ਹਾਲਤ ਇਥੋਂ ਤੱਕ ਆ ਗਈ ਕਿ ਗੁਰੂ ਕੇ ਜਿਹੜੇ ਲੰਗਰ ਸਨ ਇਹ ਮਸਤਾਨੇ ਹੋਣ ਲੱਗੇ। ਛੋਲਿਆਂ ਦੀ ਰੋਟੀ ਬਣਾ ਕੇ ਆਟਾ ਬਣਾ ਕੇ ਮੋਟੀ ਮੋਟਾ ਪ੍ਰਸ਼ਾਦਾ ਦਿੱਤਾ ਜਾਣ ਲੱਗਾ। ਗੁਰਸਿੱਖੇ ਸਾਰਾ ਕੁਝ ਦੇਖ ਰਹੇ ਨੇ ਪਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਅਤ ਦੀ ਨਿਮਰਤਾ ਉਹਨਾਂ ਨੇ ਬਾਬਾ ਪ੍ਰਿਥੀ ਚੰਦ ਨੂੰ ਬੁਰਾ ਫੇਰ ਵੀ ਨਾ ਕਿਹਾ ਭਾਈ ਗੁਰਦਾਸ ਜੀ ਆਏ ਪੰਜਾਬ ਤੋਂ ਬਾਹਰੋਂ ਦੂਰੋਂ ਉਹਨਾਂ ਨੇ ਆਣ ਕੇ ਜਦੋਂ ਪ੍ਰਸ਼ਾਦਾ ਛਕਿਆ ਉਹ ਬੀਬੀ ਭਾਨੀ ਨੂੰ ਕਹਿੰਦੇ ਨੇ ਕਿ ਇੱਥੇ ਗੁਰੂ ਘਰ ਦੇ ਵਿੱਚ ਲੰਗਰ ਮਸਤਾਨੇ ਹੋ ਗਏ ਨੇ ਤੇ ਬੀਬੀ ਭਾਨੀ ਨੇ ਦੱਸਿਆ ਕਿ ਭਾਈ ਗੁਰਦਾਸ ਜੀ ਇੱਥੇ ਜਿਹੜਾ ਪ੍ਰਿਥੀ ਚੰਦ ਹੈ ਉਹ ਨਾਕੇ ਬੰਦੀ ਕਰਕੇ ਬੈਠਾ ਹੈ ਸੰਗਤਾਂ ਜਿਹੜੀ ਵੀ ਭੇਟਾ ਲੈ ਕੇ ਆਉਂਦੀਆਂ ਗੁਰੂ ਘਰ ਦੇ ਲਈ ਉਹ ਰਸਤੇ ਦੇ ਵਿੱਚ ਖੋ ਲੈਂਦਾ ਤੇ ਫੇਰ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਇਹਨਾਂ ਨੇ ਪਾਤਸ਼ਾਹ ਜੀ ਦੇ ਹੁਕਮ ਦੇ ਵਿੱਚ ਰੱਬੀ ਰਜ਼ਾ ਦੇ ਵਿੱਚ ਗੁਰਬਾਣੀ ਦੇ ਸਿਧਾਂਤ ਦੇ ਵਿੱਚ ਜਿਹੜੀ ਗੁਰੂ ਘਰ ਦੀ ਪਹਿਰੇਦਾਰੀ ਕਰਨੀ ਹੈ ਅੱਜ ਵੀ ਪਹਿਰੇਦਾਰੀ ਦੀ ਲੋੜ ਹੈ ਉਹ ਗੁਰਦੁਆਰਾ ਪਿਪਲੀ ਸਾਹਿਬ ਜਿੱਥੇ ਹੈ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਹੋਰ ਗੁਰਸਿੱਖ ਉੱਥੇ ਗਏ ਨੇ ਉੱਥੇ ਜਾ ਕੇ ਉਹਨਾਂ ਨੇ ਸੰਗਤਾਂ ਨੂੰ ਆਖਿਆ ਕਿ ਕਾਰ ਭੇਟਾ ਸਿੱਧੀ ਗੁਰੂ ਪਾਤਸ਼ਾਹ ਦੇ ਪਾਸ ਪਹੁੰਚਾਓ ਕਾਰ ਭੇਟਾ ਸਿੱਧੀ ਕਈਆਂ ਨੇ ਥੋੜੀ ਜੀ ਹੀਲ ਹੁਜਤ ਵੀ ਕੀਤੀ ਤੇ ਭਾਈ ਗੁਰਦਾਸ ਨੇ ਸਮਝਾਇਆ ਤੁਸੀਂ ਖਾਲੀ ਹੱਥ ਲੈ ਕੇ ਪ੍ਰਿਥੀ ਚੰਦ ਦੇ ਕੋਲ ਜਾਓ ਜਦੋਂ ਪ੍ਰਿਥੀ ਚੰਦ ਦੇ ਕੋਲ ਗਏ ਤੇ ਉਹਨੇ ਅੱਗੇ ਉਹ ਬੁਰਾ ਭਲਾ ਕੀਆ ਪਰ ਜਦੋਂ ਖਾਲੀ ਹੱਥ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਸ ਆਏ ਉਹਨਾਂ ਨੇ ਫੇਰ ਵੀ ਨਾਮ ਤੇ ਸਿੱਖੀ ਦੀ ਦਾਤ ਦਿੱਤੀ ਸੰਗਤ ਸੁਚੇਤ ਹੋ ਗਈ ਸਾਰੀ ਕਾਰ ਭੇਟਾ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੇ ਵਿੱਚ ਸਿੱਧੀ ਆਉਣ ਲੱਗੀ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਨੇ ਗੁਰੂ ਘਰ ਦੀ ਪਹਿਰੇਦਾਰੀ ਕੀਤੀ ਕਿ ਇਹ ਜਿਹੜਾ ਦਸਵੰਦ ਹੈ ਇਹਦੇ ਤੇ ਹੱਕ ਗੁਰ ਸੰਗਤ ਦਾ ਗੁਰੂ ਦਾ ਉਹਦੇ ਤੋਂ ਬਿਨਾ ਕਿਸੇ ਦੂਜੇ ਦਾ ਹੱਕ ਨਹੀਂ ਅੱਜ ਵੀ ਲੋੜ ਹੈ ਭਾਈ ਗੁਰਦਾਸ ਦੀ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਤੋਂ ਸੇਧ ਲੈ ਕੇ ਜਿਹੜਾ ਸੰਗਤ ਦਾ ਹੱਕ ਅੱਜ ਖੋਇਆ ਜਾ ਰਿਹਾ ਹੈ ਮਾਫ ਕਰਿਓ ਮੈਨੂੰ ਆ ਪੰਜਾਬ ਤੋਂ ਬਾਹਰ ਅਸੀਂ ਲੜ ਕੇ ਹੱਕ ਲਿਆ ਹੈ ਅੰਗਰੇਜ਼ਾਂ ਦੇ ਨਾਲ ਕਿ ਗੁਰਦੁਆਰਿਆਂ ਦਾ ਪ੍ਰਬੰਧ ਗੁਰੂ ਕਾ ਪੰਥ ਗੁਰੂ ਕੀ ਸੰਗਤ ਸੰਭਾਲੇਗੀ ਤੇ ਪ੍ਰਬੰਧਕਾਂ ਨੂੰ ਸੰਗਤ ਚੁਣੇਗੀ ਪਰ ਆਪਾਂ ਸਭ ਜਾਣਦੇ ਹਾਂ ਕੁਝ ਸਾਡੇ ਤਖਤ ਪੰਜਾਬ ਤੋਂ ਬਾਹਰ ਕੁਝ ਸਾਡੇ ਗੁਰਦੁਆਰਾ ਸਾਹਿਬ ਉਥੋਂ ਦੇ ਪ੍ਰਬੰਧਕ ਕੁਝ ਥਾਵਾਂ ਦੇ ਉੱਤੇ ਉਹ ਸੰਗਤ ਨਹੀਂ ਚੁਣ ਰਹੀ ਉਹਨਾਂ ਨੂੰ ਸਰਕਾਰਾਂ ਚੁਣ ਰਹੀਆਂ ਤੇ ਜਿਨ੍ਹਾਂ ਨੂੰ ਸਰਕਾਰਾਂ ਚੁਣਨ ਗਿਆ ਉਹ ਗੁਰੂ ਪੰਥ ਦੀ ਗੱਲ ਹਿੱਕ ਵਾਜਾ ਕੇ ਕਿਵੇਂ ਕਰ ਸਕਦੇ ਆ ਉਹ ਕਿਵੇਂ ਕਰਨਗੇ ਮੰਨ ਲਓ ਸਾਨੂੰ ਪਤਾ ਹੈ ਕਿ ਇਹ ਸੇਵਾ ਸਾਨੂੰ ਸੰਗਤ ਨੇ ਦੇਣੀ ਹੈ ਅਸੀਂ ਸੰਗਤ ਦੇ ਦਾਸ ਬਣਾਂਗੇ ਇਹ ਸੇਵਾ ਗੁਰੂ ਨੇ ਦੇਣੀ ਹੈ ਅਸੀਂ ਗੁਰੂ ਦੇ ਦਾਸ ਬਣਾਂਗੇ ਪਰ ਜਦੋਂ ਇਹ ਹੋਵੇ ਕਿ ਇਹ ਸੇਵਾ ਸਰਕਾਰਾਂ ਦੇਣਗੀਆਂ ਤੇ ਫਿਰ ਉਹ ਬੰਦੇ ਸਰਕਾਰਾਂ ਦੇ ਦਾਸ ਬਣਨਗੇ ਗੁਰੂ ਦੇ ਦਾਸ ਕਿੱਥੋਂ ਬਣਨਗੇ ਮੀਨੇ ਪ੍ਰਿਥੀ ਚੰਦ ਉਹਨੇ ਕੋਸ਼ਿਸ਼ ਕੀਤੀ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸੰਭਾਲੀ ਗੁਰਮਖੋ ਅੱਜ ਪੂਰੀ ਦੁਨੀਆ ਦੇ ਵਿੱਚ ਸਾਨੂੰ ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਤੋਂ ਸੇਧ ਲੈਣ ਦੀ ਲੋੜ ਹੈ ਕਿ ਇਹ ਗੁਰਦੁਆਰੇ ਸੰਗਤ ਦੇ ਨੇ ਪੰਥ ਦੇ ਨੇ ਇਹਨਾਂ ਨੂੰ ਪੰਥ ਸੰਭਾਲੇਗਾ ਪੰਥ ਤੋਂ ਬਿਨਾਂ ਦੁਨੀਆ ਦੀ ਕੋਈ ਵੀ ਸਰਕਾਰ ਸਾਡੇ ਗੁਰਦੁਆਰਿਆਂ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦੀ ਹੈ ਅੱਜ ਅਸੀਂ ਅੱਜ ਅਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਗੁਰਤਾ ਗੱਦੀ ਪੁਰਬ ਮਨਾ ਰਹੇ ਹਾਂ ਇਹ ਸੇਧ ਵੀ ਲੈਣੀ ਹੈ ਫਿਰ ਸੱਚੇ ਪਾਤਸ਼ਾਹ ਦੀਆਂ ਰਹਿਮਤਾਂ ਸੱਚੇ ਪਾਤਸ਼ਾਹ ਦੀ ਕਿਰਪਾ ਜਦੋਂ ਸੰਗਤਾਂ ਦਾ ਦਸਵੰਦ ਆਉਣ ਲੱਗਾ ਇਹ ਸਰੋਵਰ ਨੂੰ ਸੰਪੂਰਨ ਕਰਵਾਇਆ ਗਿਆ ਆਰੰਭ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕੀਤਾ ਫਿਰ ਸਰੋਵਰ ਦੇ ਵਿਚਕਾਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਇੱਥੇ ਥੋੜਾ ਜਿਹਾ ਹੁਣ ਗੌਰ ਜ਼ਰੂਰ ਕਰ ਲੈ ਕੇਂਦਰ ਦੀ ਬੜੀ ਲੋੜ ਹੁੰਦੀ ਹੈ ਕੇਂਦਰ ਦੀ ਮੈਂ ਬਾਣੀ ਪੜ ਰਿਹਾ ਸੀ ਉਹ ਜਿਹੜੀਆਂ ਕੱਕੜੀਆਂ ਨੇ ਨਾ ਅੱਗ ਦੇ ਨਾਲ ਲੱਗੀਆਂ ਹਵਾਵਾਂ ਆਈ ਜਾਣ ਝਖੜ ਝੁੱਲੀ ਜਾਣ ਪਰ ਜਿਤਨਾ ਚਿਰ ਤੱਕ ਉਹ ਕੱਕੜੀਆਂ ਅੱਗ ਦੇ ਨਾਲ ਜੁੜੀਆਂ ਨੇ ਪ੍ਰਵਾਹ ਨਹੀਂ ਉਹਨਾਂ ਸੋਹਣੀਆਂ ਬੜੀਆਂ ਲੱਗਦੀਆਂ ਪਰ ਜੇ ਕਿਤੇ ਉਹ ਕੱਕੜੀਆਂ ਅੱਗ ਤੋਂ ਟੁੱਟ ਜਾਣ ਤੇ ਫੇਰ ਆਪਾਂ ਜਾਣਦੇ ਆ ਉਹ ਰੂਹ ਵਰਗੀਆਂ ਹੁੰਦੀਆਂ ਰੇਜ਼ੇ ਰੇਜ਼ੇ ਕਰਕੇ ਹਵਾ ਦੇ ਵਿੱਚ ਉਟ ਦੀਆਂ ਫੇਰਦੀਆਂ ਗੁਰੂ ਨੇ ਇੱਕ ਕੇਂਦਰ ਕਾਇਮ ਕੀਤਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਇਹ ਸਾਡਾ ਕੇਂਦਰੀ ਅਸਥਾਨ ਹੈ ਜਿਸ ਦੇ ਦਿਵਾਲੇ ਅਸੀਂ ਪ੍ਰਕਰਮਾ ਕਰਨੀ ਹੈ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿੱਥੋਂ ਰੂਹੇ ਜ਼ਿੰਦਗੀ ਅਸੀਂ ਸਿੱਖਣੀ ਹੈ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿਹਦੇ ਆਲੇ ਦਿਵਾਲੇ ਸਾਡਾ ਸਿੱਖ ਇਤਿਹਾਸ ਖੜਾ ਹੈ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿਹੜੇ ਆਲੇ ਦੁਆਲੇ ਬਿਆੰਤ ਸ਼ਹਾਦਤਾਂ ਨੇ ਇੱਕ ਕੇਂਦਰ ਕੇਂਦਰ ਤੋਂ ਬਿਨਾ ਗੱਲ ਨਹੀਂ ਬਣਦੀ ਐ ਖਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ ਬਿਰੇ ਵਿਸ਼ੋੜਾ ਧਣੀ ਸੋ ਨਾਨਕ ਸੈਸ ਹੈ ਗੰਠ ਕਿੱਲੀ ਦੇ ਨਾਲ ਦਾਣੇ ਲੱਗ ਜਾਣ ਨਾ ਚੱਕੀ ਦੇ ਦੋ ਪੁੜਾਂ ਦੇ ਵਿਚਕਾਰ ਕਿੱਲੀ ਨਾਲ ਜਿਹੜੇ ਜੁੜ ਜਾਣ ਧੁਰੇ ਨਾਲ ਜਿਹੜੇ ਜੁੜ ਜਾਣ ਉਹ ਸਾਬਤ ਆ ਪਰ ਜਿਹੜੇ ਧੁਰੇ ਦੇ ਨਾਲ ਨਾ ਜੁੜਨ ਉਹ ਜਿਹੜੇ ਨੇ ਪੀਸੇ ਜਾਂਦੇ ਨੇ ਦੋਹੇ ਪੁੜ ਚੱਕੀ ਜੋੜ ਕੇ ਆ ਪੀਸਣ ਆਏ ਬਹਿਠ ਜੋ ਦਰ ਰਹੇ ਸੇ ਉਬਰੇ ਨਾਨਕ ਅਜਬ ਡੇਠ ਸਾਡੀ ਕਿੱਲੀ ਕਿਹੜੀ ਐ ਸਾਡਾ ਕੇਂਦਰ ਕਿਹੜਾ ਹੈ ਸ੍ਰੀ ਦਰਬਾਰ ਸਾਹਿਬ ਉਹਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੇਂਦਰ ਕਾਇਮ ਕੀਤਾ ਹੈ ਕੇਂਦਰ ਦੀ ਬੜੀ ਲੋੜ ਹੈ ਕੇਂਦਰ ਤੋਂ ਬਿਨਾ ਉਹ ਕੇਂਦਰ ਜਿੱਥੇ ਸਾਨੂੰ ਪਤਾ ਹੈ ਸਾਡਾ ਦੀਨ ਸਾਡਾ ਇਮਾਨ ਸਾਡੀ jaan ਸਾਡਾ ਮਾਣ ਇਹਦੀ ਰਾਖੀ ਕੇਂਦਰ ਦੇ ਨਾਲ ਜੁੜ ਕੇ ਹੋਣੀ ਹੈ ਕੇਂਦਰ ਤੋਂ ਟੁੱਟ ਜਾਵਾਂਗੇ ਅਸੀਂ ਤੇ ਅਸੀਂ ਖਿੰਡ ਜਾਵਾਂਗੇ ਵੇਖੋ ਕਈਆਂ ਨੇ ਕੋਸ਼ਿਸ਼ਾਂ ਕੀਤੀਆਂ ਕੇਂਦਰ ਦੇ ਬਰਾਬਰ ਦੇ ਉਤੇ ਕੋਈ ਆਪਣੀਆਂ ਛੋਟੀਆਂ ਛੋਟੀਆਂ ਦੁਕਾਨਾਂ ਖੋਲ ਵੀ ਲਵੇ ਪਰ ਕੇਂਦਰ ਦਰਬਾਰ ਸਾਹਿਬ ਹੈ ਕਰਦੇ ਜ਼ਿੰਦਗੀ ਤੇ ਰੂਹ ਉਹ ਸਾਨੂੰ ਦਰਬਾਰ ਸਾਹਿਬ ਤੋਂ ਮਿਲਣੀ ਜਿਹਦੇ ਚਾਰ ਦਰਵਾਜ਼ੇ ਇੱਕ ਬੇਨਤੀ ਮੈਂ ਹੋਰ ਕਰ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਗੁਰੂ ਪਾਤਸ਼ਾਹ ਨੇ ਬਣਾਏ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਰਹਿਣ ਵਾਲਾ ਬੰਦਾ ਕਿਸੇ ਵੀ ਜਾਤ ਦਾ ਕਿਸੇ ਵੀ ਨਸਲ ਦਾ ਕਿਸੇ ਵੀ ਧਰਮ ਦਾ ਉਹ ਦਰਬਾਰ ਸਾਹਿਬ ਦੇ ਅੰਦਰ ਆਣ ਕੇ ਗੁਰੂ ਦੇ ਉਪਦੇਸ਼ ਨੂੰ ਲੈ ਸਕਦਾ ਹੈ ਹਰ ਇੱਕ ਮੈਂ ਫੇਰ ਬੇਨਤੀ ਕਰਾਂ ਗੁਰਮਖੋ ਦਰਬਾਰ ਸਾਹਿਬ ਕੇਂਦਰੀ ਸਥਾਨ ਸਿੱਖਾਂ ਦਾ ਸਿੱਖਾਂ ਦਾ ਹੀ ਰਹੇਗਾ ਪ੍ਰਬੰਧ ਗੁਰੂ ਪੰਥ ਦਾ ਹੀ ਰਹਿਣਾ ਆ ਸਾਰੇ ਸਕਦੇ ਨੇ ਇੱਥੇ ਕੋਈ ਰੋਕ ਟੋਕ ਨਹੀਂ ਪਰ ਕੇਂਦਰੀ ਸਥਾਨ ਸਿੱਖਾਂ ਦਾ ਜਦੋਂ ਹਮਲੇ ਹੁੰਦੇ ਨੇ ਸ਼ਹਾਦਤਾਂ ਸਿੱਖ ਦਿੰਦੇ ਨੇ ਕਿਉਂਕਿ ਉਹਨਾਂ ਦਾ ਸਥਾਨ ਹੈ ਫਿਰ ਇਹ ਇਹ ਵੀ ਗੁਰੂ ਪਾਤਸ਼ਾਹ ਦੀ ਬੜੀ ਵੱਡੀ ਰਹਿਮਤ ਹੈ ਇਸ ਕੇਂਦਰੀ ਸਥਾਨ ਦੇ ਅੰਦਰ ਜਿਹੜਾ ਇਸ ਕੇਂਦਰ ਦਾ ਮਾਲਕ ਬਣਾਇਆ ਗਿਆ ਉਹ ਮਾਲਕ ਕਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਕਾਲ ਵਿਧਾੜਾ ਲੰਘ ਕੇ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਹੁੰਦਾ ਹੈ ਔਰ ਇੱਥੇ ਇੱਕ ਹੋਰ ਗੱਲ ਸਮਝਣ ਵਾਲੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਤੇ ਕਿਉਂਕਿ ਧੁਰ ਦਰਗਾਹੋਂ ਗੁਰੂ ਨੇ ਗੁਰੂ ਨਾਨਕ ਦੇਵ ਦੀ ਮਹਾਰਾਜ ਨੇ ਗੁਰਤਾ ਗੱਦੀ ਬਖਸ਼ੀ ਭਾਈ ਲੈਣਾ ਜੀ ਨੂੰ ਤੇ ਬਣਾਇਆ ਗੁਰੂ ਅੰਗਦ ਦੇਵ ਜੀ ਮਹਾਰਾਜ ਬਾਬਾ ਬੁੱਢਾ ਜੀ ਨੇ ਇਹ ਮਰਿਆਦਾ ਨਿਭਾਈ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਮਿਲੀ ਮਰਿਆਦਾ ਬਾਬਾ ਬੁੱਢਾ ਜੀ ਨੇ ਨਿਭਾਈ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਮਿਲੀ ਮਰਿਆਦਾ ਬਾਬਾ ਬੁੱਢਾ ਜੀ ਨੇ ਨਿਭਾਈ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਅੱਜ ਦੇ ਦਿਨ ਗੁਰਤਾ ਗੱਦੀ ਮਿਲੀ ਮਰਿਆਦਾ ਬਾਬਾ ਬੁੱਢਾ ਜੀ ਨੇ ਨਿਭਾਈ ਤੇ ਗੁਰਮਖੋ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਗੁਰਤਾ ਗੱਦੀ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਿੰਦੇ ਨੇ ਪਰ ਇਸ ਗੁਰੂ ਗ੍ਰੰਥ ਸਾਹਿਬ ਨੇ ਸਾਡਾ ਗੁਰੂ ਬਣਨਾ ਹੈ ਸਦੀਵ ਕਾਲ ਗੁਰੂ ਹੈ ਤੇ ਇਸ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਉਹ ਵੀ ਬਾਬਾ ਬੁੱਢਾ ਜੀ ਕਰਦੇ ਸਿਧਾਂਤ ਵੇਖੋ ਬਾਬਾ ਬੁੱਢਾ ਸਾਹਿਬ ਗੁਰੂ ਘਰ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਬਾਰ ਸਾਹਿਬ ਕਰਕੇ ਸਾਨੂੰ ਹਮੇਸ਼ਾ ਵਾਸਤੇ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਆਪਾਂ ਸਭ ਜਾਣਦੇ ਆ ਕੋਠਾ ਸਾਹਿਬ ਜਿੱਥੇ ਰਾਤ ਨੂੰ ਮਹਾਰਾਜ ਦਾ ਜਦੋਂ ਸੁਖਾਸਨ ਹੁੰਦਾ ਹੈ ਨਾ ਉੱਥੇ ਸਤਿਗੁਰੂ ਜੀ ਦਾ ਸਰੂਪ ਵਿਰਾਜਮਾਨ ਹੁੰਦਾ ਹੈ ਉਹਦੇ ਹੇਠਾਂ ਇੱਕ ਚਿੱਟੀ ਚਾਦਰ ਵਿਛਾਈ ਜਾਂਦੀ ਹੈ ਆਪ ਗੁਰੂ ਗੁਰਬਾਣੀ ਤੋਂ ਹੇਠਾਂ ਸੁੱਤੇ ਤੇ ਗੁਰੂ ਗ੍ਰੰਥ ਸਾਹਿਬ ਬਾਣੀ ਨੂੰ ਉੱਚਾ ਦਰਜਾ ਦਿੱਤਾ ਹੁਣ ਜੇ ਕੋਈ ਅੱਜ ਇਹ ਕੋਸ਼ਿਸ਼ ਕਰੇ ਭਾਈ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਮੈਂ ਆਪ ਗੁਰੂ ਬਾਣਿਆ ਦੇ ਧਾਰੀ ਢੰਮ ਜਿਹੜਾ ਹੈ ਕਈ ਬਹਿ ਵੀ ਜਾਂਦੇ ਆ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਸੇਧ ਲੈਣ ਸਤਿਗੁਰੂ ਨੇ ਸਾਡਾ ਇੱਕ ਕੇਂਦਰੀ ਸਥਾਨ ਵੀ ਕਾਇਮ ਕੀਤਾ ਤੇ ਕੇਂਦਰੀ ਸਥਾਨ ਕਾਇਮ ਕਰਕੇ ਉਸ ਦਾ ਮਾਲਕ ਧਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਣਾਏ ਤੇ ਅੱਗੇ ਵੀ ਵੇਖੋ ਜਦੋਂ ਆਪਾਂ ਅੱਗੇ ਨੂੰ ਧੁਰਦੇ ਆ ਨਾ ਕਿਉਂਕਿ ਅੱਜ ਇੱਕ ਹੋਰ ਵੀ ਦੇਣਾ ਹੈਗਾ ਅੱਜ ਉਹ ਦਿਨ ਹੈ ਅੱਜ ਦੇ ਦਿਨ ਵੈਨਕੂਅਰ ਦੇ ਵਿੱਚ ਜਿਹੜਾ ਸਿੱਖਾਂ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਬਣਾਇਆ ਸੀ 1908 ਦੇ ਵਿੱਚ ਉਥੇ ਸਰਦਾਰ ਭਾਗ ਸਿੰਘ ਨੂੰ ਮਹਾਰਾਜ ਦੀ ਤਾਬਿਆ ਬੈਠੇ ਨੂੰ ਗੋਲੀ ਮਾਰ ਦਿੱਤੀ ਸੀ ਬੇਲਾ ਸਿੰਘ ਨੇ ਕਿਉਂ ਵੇਖੋ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇ ਕਿੱਦਾਂ ਹੈ ਮਹਾਰਾਜ ਨੇ ਪਹਿਲਾ ਜੇ ਪ੍ਰਕਾਸ਼ ਕੀਤਾ ਤੇ ਅਸੀਂ ਜੁੜੇ ਕਿੱਦਾਂ ਰਹੇ ਹਾਂ ਜਦੋਂ ਵੱਡਾ ਘਲੂ ਘਰਾ ਹੁੰਦਾ ਹੈ ਤੇ ਸਭ ਤੋਂ ਜ਼ਿਆਦੀਆਂ ਸ਼ਹਾਦਤਾਂ ਉਸ ਗੱਡੇ ਦੇ ਦਿਵਾਲੇ ਹੋਈਆਂ ਜਿਸ ਗੱਡੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਵਿਰਾਜਮਾਨ ਸੀ ਸਾਕਾ ਨਨਕਾਣਾ ਸਾਹਿਬ ਦਾ ਵਾਪਰਿਆ ਭਾਈ ਲਖਮਣ ਸਿੰਘ ਧਰੋ ਵਾਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਬੈਠੇ ਨੇ ਜਦੋਂ ਉਹਨਾਂ ਨੂੰ ਗੋਲੀ ਵੱਜੀ ਫੇਰ ਇਹ ਸਰਦਾਰ ਭਾਗ ਸਿੰਘ ਅੱਜ ਕੱਲ ਨਾ ਕਈ ਸਾਨੂੰ ਸਰਟੀਫਿਕੇਟ ਦਿੰਦੇ ਨੇ ਸਿੱਖਾਂ ਨੂੰ ਭਈ ਇਹ ਪਤਾ ਨਹੀਂ ਕੌਣ ਦੀ ਇਹਨਾਂ ਨੇ ਦੇਸ਼ ਦੇ ਲਈ ਕੀ ਕੀਤਾ ਇਨਾਂ ਨੇ ਇਸ ਦੇਸ਼ ਦੇ ਵਿੱਚ ਵੀ ਕਈਆਂ ਨੇ ਕੁਛ ਨਹੀਂ ਕੀਤਾ ਸੀ ਤੇ ਉਹ ਵਾ ਜਿਹੜੇ ਕੈਨੇਡਾ ਦੀ ਧਰਤੀ ਤੇ ਜਦੋਂ ਸਾਡੇ ਗੁਰਦੁਆਰੇ ਬਣਦੇ ਆ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਉਥੋਂ ਗਦਰ ਹੀ ਲਹਿਰ ਚੱਲਦੀ ਹੈ ਤੇ ਗਦਰੀਆਂ ਦਾ ਮੁੱਖ ਕੇਂਦਰ ਵੈਨਕੂਵਰ ਵਾਲਾ ਗੁਰਦੁਆਰਾ ਸਾਹਿਬ ਸੀ ਸਰਕਾਰ ਨੇ ਐਵੇਂ ਥੋੜਾ ਸਰਦਾਰ ਭਾਗ ਸਿੰਘ ਨੂੰ ਉੱਥੇ ਮਹਾਰਾਜ ਦੀ ਤਾਬਿਆਂ ਦੇ ਵਿੱਚ ਸ਼ਹੀਦ ਕਰਵਾਇਆ ਕਿਉਂ ਕਰਵਾਇਆ ਇਹ ਗੁਰਦੁਆਰੇ ਸਾਡੇ ਸਿੱਖੀ ਦੇ ਸੋਮੇ ਨੇ ਇਥੇ ਅਸੀਂ ਹਰ ਵਿਚਾਰ ਕਰਨੀ ਹੈ ਇਥੋਂ ਸਾਨੂੰ ਚੜ੍ਹਦੀ ਕਲਾ ਮਿਲਣੀ ਹੈ ਇਸ ਕਰਕੇ ਹਮਲੇ ਹੁੰਦੇ ਨੇ 1984 ਦੇ ਵਿੱਚ ਕਿੰਨੇ ਸਾਡੇ ਮਹਾਰਾਜ ਦੀ ਤਾਬਿਆ ਕੀਰਤਨ ਕਰ ਰਹੇ ਸੀ ਜਿਹੜੇ ਹਜ਼ੂਰੀ ਦੇ ਵਿੱਚ ਉਹ ਸ਼ਹੀਦ ਹੁੰਦੇ ਆ ਸਰਦਾਰ ਅਵਤਾਰ ਸਿੰਘ ਪਾਰੋਵਾਲ ਵਰਗੇ ਮਹਾਰਾਜ ਦੇ ਸਰੂਪ ਨੂੰ ਗੋਲੀਆਂ ਵੱਜਦੀਆਂ ਨਿਸ਼ਾਨਾ ਬਾਣੀ ਹੈ ਬੇਨਤੀ ਮੈਂ ਕਰ ਰਿਹਾ ਗ੍ਰੰਥ ਤੇ ਪੰਥ ਇਹ ਨਿਸ਼ਾਨਾ ਪਰ ਸਿੱਖ ਜਿਹੜੇ ਨੇ ਇਹ ਹਮੇਸ਼ਾ ਹੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਪ੍ਰਵਾਹ ਨਹੀਂ ਕਰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਚੱਲਦਾ ਹੈ ਗੁਰੂ ਪੰਥ ਸਰਦਾਰ ਭਾਗ ਸਿੰਘ ਭਾਵੇਂ ਕਿ ਉਹਨਾਂ ਦਾ ਬਦਲਾ ਇੱਕ ਸਰਦਾਰ ਮੇਵਾ ਸਿੰਘ ਲੈਂਦਾ ਹੈ ਤੇ ਬਾਅਦ ਵਿੱਚ ਬੇਲਾ ਸਿੰਘ ਨੂੰ 1936 ਦੇ ਵਿੱਚ ਇੱਥੇ ਪੰਜਾਬ ਦੇ ਵਿੱਚ ਇਹ ਸੋਧਾ ਲੱਗਦਾ ਪਰ ਸਰਦਾਰ ਭਾਗ ਸਿੰਘ ਆ ਜਿਹੜੇ ਸਾਨੂੰ ਸਰਟੀਫਿਕੇਟ ਦਿੰਦੇ ਜੀ ਤੁਸੀਂ ਦੇਸ਼ ਭਗਤੋਂ ਤੁਸੀਂ ਕੀ ਕੀਤਾ ਸਾਡੇ ਤੋਂ ਬਿਨਾਂ ਇਸ ਦੇਸ਼ ਦਾ ਕੋਈ ਇਤਿਹਾਸ ਨਹੀਂ ਹੈ ਸਾਨੂੰ ਕੱਢ ਦਿਓ ਇਤਿਹਾਸ ਦੇ ਵਿੱਚੋਂ ਸਾਨੂੰ ਨਾ ਦਿਖਾਓ ਇਤਿਹਾਸ ਦੇ ਵਿੱਚ ਸਾਡੀ ਪੇਸ਼ਾਕਾਰੀ ਨਾ ਕਰੋ ਪਰ ਸਿੱਖਾਂ ਤੋਂ ਬਿਨਾ ਭਾਰਤ ਦੇ ਇਤਿਹਾਸ ਦੇ ਵਿੱਚ ਤੁਹਾਨੂੰ ਕੀ ਲੱਵੇਗਾ ਕੁਝ ਵੀ ਨਹੀਂ ਲੱਵੇਗਾ ਇਹ ਮਾਣ ਹੈ ਗੁਰੂ ਪਾਤਸ਼ਾਹ ਨੇ ਸਾਨੂੰ ਦਿੱਤਾ ਹੈ ਇਹ ਮਾਣ ਮਿਲਿਆ ਕਿਥੋਂ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਆਖਦੇ ਨੇ ਹੇ ਵਾਹਿਗੁਰੂ ਸਾਨੂੰ ਉਸ ਗੁਰੂ ਦੇ ਨਾਲ ਮੇਲ ਜਿਹੜਾ ਗੁਰੂ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਜਦੋਂ ਅਸੀਂ ਵੀ ਇਸ ਸੱਚੇ ਗੁਰੂ ਦੇ ਨਾਲ ਜੁੜਦੇ ਹਾਂ ਤੇ ਮਾਇਆ ਦੇ ਪ੍ਰਭਾਵ ਤੋਂ ਬਚ